ਮੈਂ ਅਮਰਜੀਤ ਸਿੰਘ ਜਿਹੜਾ 10 ਸਾਲ ਤੋਂ ਪਿੰਡ ਬਰਾਂਪਰ ਦੀ ਸਰਪੰਚੀ ਦੀ ਨੁਮਾਇੰਦਗੀ ਕਰ ਰਿਹਾ ਪਿੰਡ ਦੀ। ਉਹਦੇ ਤੋਂ ਪਹਿਲੇ 2003 'ਚ ਮੇਰੀ ਮਿਸਰ ਸਰਪੰਚ ਸੀ ਅਤੇ 2003 ਤੋਂ ਲਗਾਤਾਰ ਹੀ ਪਿੰਡ ਬਰਾਂਪਰ ਦੇ ਲੋਕਾਂ ਨੇ ਸਾਡੇ 'ਚ, ਸਾਡੀ ਇਨਸਾਨੀਅਤ 'ਚ, ਸਾਡੀ ਇਮਾਨਦਾਰੀ 'ਚ, ਸਾਡੇ ਵਿਕਾਸ ਦੇ ਵਿੱਚ ਵਿਸ਼ਵਾਸ ਜਿਤਾਉਂਦੇ ਹੋਏ ਔਰ ਵਿਸ਼ਵਾਸ ਰੱਖਦੇ ਹੋਏ ਸਾਨੂੰ, ਸਾਡੇ ਪਰਿਵਾਰ ਨੂੰ 20 ਸਾਲ ਸਰਪੰਚੀ ਕਰਨ ਦਾ ਪਿੰਡ ਬਰਾਂਪਰ 'ਚ ਮੌਕਾ ਦਿੱਤਾ। ਅਤੇ ਮੈਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਕੰਮ ਪਿਛਲੀ ਸਰਕਾਰ ਦੇ 10 ਸਾਲ ਦੇ ਵਿੱਚ ਵਿਤਕਰੇ ਹੋਣ ਦੇ ਕਰਕੇ ਸਾਡਾ ਪਿੰਡ ਪਛੜਿਆ ਪਿਆ ਅਕਾਲੀ BJP ਸਰਕਾਰ ਵੇਲੇ, ਉਹ ਹੁਣ 5-7 ਮਹੀਨਿਆਂ 'ਚ ਲੋਕਾਂ ਨੇ ਦੇਖ ਲਿਆ ਕਿ ਅਸੀਂ ਬਰਾਂਪਰ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਹ ਤਾਂ ਹੁਣ 5 ਸਾਲ ਸਾਡੇ ਕੋਲ ਬਹੁਤ ਹੀ ਮੌਕਾ ਮਿਲ ਗਿਆ। ਮੈਂ ਪੰਚਾਇਤ ਸੰਮਤੀ ਮੈਂਬਰ ਵੀ ਜਿੱਤਿਆ, ਮੈਂ ਪਿੰਡ ਵਾਸੀਆਂ ਦਾ, ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਬਲਾਕ ਸੰਮਤੀ ਮੈਂਬਰ ਵੀ ਬਣਾਇਆ। ਅਤੇ ਮੈਂ ਵਿਸ਼ਵਾਸ ਦਿਵਾਉਂਦਾ ਕਿ ਮੈਂ ਪਿੰਡ ਦਾ ਹਰ ਪੱਖੋਂ ਆਪਣੀ ਜਿਹੜੀ ਮੇਰੇ ਘਰ ਦੀ ਜਿਹੜੀ ਆ ਸਰਪੰਚ ਬਣੀ ਆ ਉਹਦੇ ਨਾਲ ਮੋਢਿਆਂ ਨਾਲ ਮੋਢਾ ਜੋੜ ਕੇ ਮੈਂ ਚੱਲਾਂਗਾ ਅਤੇ ਪਿੰਡ ਦਾ ਹਰ ਪੱਖੋਂ ਵਿਕਾਸ ਕਰਾਂਗੇ। ਅਤੇ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀ, ਪਿੰਡ ਵਾਸੀਆਂ ਨੂੰ ਨਵੇਂ ਸਾਲ ਦੀ ਮੈਂ ਵਧਾਈ ਦਿੰਦਾ ਅਤੇ ਪਿੰਡ ਜਿਹੜਾ ਬਰਾਂਪਰ ਆ ਉਹ ਚੰਡੀਗੜ੍ਹ ਵਰਗਾ ਬਣਾ ਦਿਆਂਗਾ, ਇਹ ਮੇਰਾ ਵਾਅਦਾ ਇੱਕ ਵਾਰੀ।